ਹਾਂਜੀ ਬੇਟਾ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਟਰਕਚਰ ਆਫ ਕੁਐਸਚਨ ਪੇਪਰ ਇੰਗਲਿਸ਼ ਠੀਕ ਹੈ ਬਾਇਮੰਥਲੀ ਟੈਸਟ ਜਿਹੜੇ ਤੁਹਾਡੇ 26 ਨਵੰਬਰ 2022 ਤੋਂ ਸ਼ੁਰੂ ਹੋਣ ਜਾਣੇਗੇ ਤਾਂ ਇਹ ਜਿਹੜੇ ਪੇਪਰ ਹੈ ਕਿੰਨੇ-ਕਿੰਨੇ ਅੰਕ ਦੇ ਹੋਣੇਗੇ ਠੀਕ ਹੈ ਤੇ ਇਹਨਾਂ ਦੇ ਵਿੱਚ ਸਿਲੇਬਸ ਜੇ ਸਿਲੇਬਸ ਦੀ ਗੱਲ ਕਰੀਏ ਤਾਂ ਬੇਟਾ ਅਕਤੂਬਰ ਅਤੇ ਨਵੰਬਰ ਦਾ ਸਿਲੇਬਸ ਆਏਗਾ ਵੀ ਇਹ ਜਿਹੜੇ ਪੇਪਰ ਨੇ ਤੁਹਾਡੇ 40-40 ਅੰਕ ਦੇ ਹੋਣਗੇ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਕਲਾਸ 9th ਔਰ ਕਲਾਸ 10th ਤਾਂ ਇਹਨਾਂ ਦੇ ਦੋ ਕਲਾਸਾਂ ਦੇ ਪੇਪਰ ਦੇ ਸਟਰਕਚਰ ਦੇ ਬਾਰੇ ਗੱਲ ਕਰਾਂਗੇ ਤਾਂ ਆਓ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਕਲਾਸ 9th ਦਾ ਦੇਖਦੇ ਆਂ ਪੇਪਰ ਪੈਟਰਨ ਕੀ ਹੋਏਗਾ ਪੇਪਰ 40 ਅੰਕਾਂ ਦਾ ਹੋਏਗਾ ਫਰਸਟ ਜਿਹੜਾ ਕੁਐਸਚਨ ਹੋਏਗਾ ਉਹ ਹੋਏਗਾ ਅਨਸੀਨ ਪੈਸੇਜ ਫੋਰ ਕੰਪਰੀਹਨਸ਼ਨ ਇਸ ਦੇ ਵਿੱਚ ਐਮਸੀਕਿਊਜ਼ ਹੋਣਗੇ 5 ਐਮਸੀਕਿਊਜ਼ ਹੋਣਗੇ ਫॉर 5 ਮਾਰਕਸ ਸੈਕੰਡ ਦੇਖੋ ਅਨਸੀਨ ਪੋਸਟਰ ਹੋ ਸਕਦਾ ਹੈ ਡਾਇਲੋਗ ਬਾਰਗਰਾਫ پائی ਚਾਰਟ ਇਹਨਾਂ ਦੇ ਨਾਲ ਰਿਲੇਟਡ 5 ਐਮਸੀਕਿਊਜ਼ ਹੋਣਗੇ 5 ਮਾਰਕਸ ਦੇ ਥਰਡ ਹੈ ਕੁਐਸਚਨ ਆਨਸਰਸ ਫ্রম ਠੀਕ ਹੈ ਇਹ ਆਪਣੀ ਜਿਹੜੀ ਮੇਨ ਕੋਰਸ ਬੁੱਕ ਹੈ ਤਾਂ ਉਸ ਦੇ ਵਿੱਚੋਂ ਜਿਹੜੇ ਕੁਐਸਚਨ ਹੈਗੇ ਹੋਣਗੇ 3 ਕੁਐਸਚਨਸ ਹੋਣਗੇ 6 ਮਾਰਕਸ ਦੇ ਨਾਲ ਕਿਹੜੇ ਕਿਹੜੇ ਲੈਸਨ ਨੇ ਦਾ ਡਿਸਕਵਰੀ ਆਫ ਮੂਨ 3 ਗ੍ਰੇਟ ਇੰਡੀਅਨਸ ਇਹਨਾਂ ਦੋਨੋਂ ਲੈਸਨਸ ਦੇ ਵਿੱਚੋਂ 3 ਕੁਐਸਚਨਸ ਪੁੱਛੇ ਜਾਣਗੇ ਫੋਰਥ ਦੇਖੋ ਕੁਐਸਚਨ ਆਨਸਰਸ ਫ্রম ਸਪਲੀਮੈਂਟਰੀ ਰੀਡਰ ਬੁੱਕ ਇਸ ਦੇ ਵਿੱਚ ਵੀ ਦੋ ਸਟੋਰੀਜ਼ ਨੇ ਆਪਣੇ ਕੋਲ ਦਾ ਲਾਸਟ ਲੀਫ ਐਂਡ ਅ ਲੈਟਰ ਟੂ ਗੋਡ ਇਹਦੇ ਵਿੱਚ ਇੱਕ ਕੁਐਸਚਨ ਆਏਗਾ 3 ਮਾਰਕਸ ਦਾ ਨੈਕਸਟ ਨੰਬਰ 5 ভোকਬਲਰੀ 4 ਮਾਰਕਸ ਠੀਕ ਹੈ ਇਸ ਤੋਂ ਬਾਅਦ ਗ੍ਰਾਮਰ ਨਾਲ ਰਿਲੇਟਡ ਜਿਹੜਾ ਟਾਪਿਕ ਨੇ ਉਹ ਤੁਹਾਡੇ ਕੋਲ 5 ਮਾਰਕਸ ਦੇ ਆਉਣਗੇ ਕੁਐਸਚਨ ਨੰਬਰ 7th ਹੈ ਈਮੇਲ রাইਟਿੰਗ 4 ਮਾਰਕਸ ਲੈਟਰ রাইਟਿੰਗ অর ਪੈਰਾਗ੍ਰਾਫ 4 ਮਾਰਕਸ ਨੈਕਸਟ ਹੈ ਟਰਾਂਸਲੇਸ਼ਨ ਇੰਗਲਿਸ਼ ਟੂ ਪੰਜਾਬੀ ਠੀਕ ਹੈ ਇੰਗਲਿਸ਼ ਟੂ ਪੰਜਾਬੀ ਜਿਹੜੀ ਟਰਾਂਸਲੇਸ਼ਨ ਹੈਗੀ ਉਹ ਤੁਹਾਡੀ ਮੇਨ ਕੋਰਸ ਬੁੱਕ ਵਾਲੇ ਜਿਹੜੇ ਦੋ ਲੈਸਨ ਨੇ 1 ਡਿਸਕਵਰੀ ਆਫ ਮੂਨ ਐਂਡ 3 ਗ੍ਰੇਟ ਇੰਡੀਅਨ ਇਹਨਾਂ ਦੇ ਵਿੱਚੋਂ ਆਏਗੀ 2 ਨੰਬਰ ਦੀ ਇਸ ਤੋਂ ਬਾਅਦ ਟ੍ਰਾਂਸਲੇਸ਼ਨ ਹੈ ਪੰਜਾਬੀ ਟੂ ਇੰਗਲਿਸ਼ 51 ਤੋਂ 75 ਦੋ ਨੰਬਰ ਦੀ ਇਹਦੇ ਵਿੱਚ ਆਏਗੀ। ਹਾਂਜੀ ਬੇਟਾ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਵੀ 10ਵੀਂ ਜਮਾਤ ਦੇ ਵਾਲਾ ਪੇਪਰ ਪੈਟਰਨ ਕਿਸ ਪ੍ਰਕਾਰ ਹੋਏਗਾ? ਪੇਪਰ 10ਵੀਂ ਜਮਾਤ ਦੇ ਲਈ ਵੀ 40 ਮਾਰਕਸ ਦਾ ਹੋਏਗਾ 40 ਨੰਬਰ ਦਾ। ਤਾਂ ਇਹਦੇ ਵਿੱਚ ਪਹਿਲਾ ਕੁਐਸਚਨ ਹੋਏਗਾ ਅਨਸੀਨ ਪੈਸੇਜ ਫੋਰ ਕੰਪਰੀਹੈਂਸ਼ਨ। ਐਮਸੀਕਿਊਜ਼ ਹੋਣਗੇ। 5 ਐਮਸੀਕਿਊਜ਼ ਹੋਣਗੇ ਫੋਰ 5 ਮਾਰਕਸ। ਸੈਕੰਡ ਹੈ ਅਨਸੀਨ ਪੋਸਟਰ ਫੋਰ ਕੰਪਰੀਹਨਸ਼ਨ 5 ਐਮ ਐਮਸੀਕਿਊਜ਼ ਹੋਣੇ ਹੈਗੇ 5 ਮਾਰਕਸ 3ਰਡ ਜਿਹੜਾ ਕੁਐਸਚਨ ਹੋਏਗਾ ਕੁਐਸਚਨ ਆਨਸਰਜ਼ ਫਰਮ ਮੇਨ ਕੋਰਸ ਬੁੱਕ ਕਿਹੜੇ ਕਿਹੜੇ ਲੈਸਨ ਨੇ ਸਮ ਗਲਿੰਪਸ ਆਫ ਐਨਸ਼ੀਐਂਟ ਇੰਡੀਆ ਥੌਟ ਐਂਡ ਪ੍ਰੈਕਟਿਸਿਜ਼ ਐਂਡ ਦਾ ਹੋਮ ਕਮਿੰਗ ਦੋ ਵਾਲੇ ਲੈਸਨ ਨੇ 3 ਕੁਐਸਚਨਜ਼ ਹੋਣੇ ਹੈਗੇ 4 6 ਮਾਰਕਸ 4ਥ ਕੁਐਸਚਨ ਆਨਸਰਜ਼ ਫਰਮ ਸਪਲੀਮੈਂਟਰੀ ਰੀਡਰ ਬੁੱਕ ਦਾ ਡਾਈਇੰਗ ਡਿਟੈਕਟਿਵ ਐਂਡ ਹਾਊ ਮਾਚ ਲੈਂਡ ਐਜ਼ ਅ ਮੈਨ ਇਨੀਡ ਇਹਦੇ ਵਿੱਚ ਇੱਕ ਕੁਐਸਚਨ ਆਏਗਾ 3 ਮਾਰਕਸ ਦਾ ਨੈਕਸਟ ਦੇਖੋ ਨੰਬਰ 5th ਤੇ ਹੈ ਸਟੈਂਜਾ ਬੇਸਡ ਕੁਐਸਚਨ ਰਜ਼ੀਆ ਦਾ ਟਾਈਗਰਸ 4 ਮਾਰਕਸ ਦਾ ਹੋਏਗਾ ਨੈਕਸਟ ਨੰਬਰ 6 ਵੋਕੈਬਲਰੀ 4 ਮਾਰਕਸ ਦੀ ਹੋਏਗੀ ਗ੍ਰਾਮਰ 5 ਮਾਰਕਸ ਦੀ ਹੋਏਗੀ ਆਪਣੇ ਕੋਲ ਠੀਕ ਹੈ ਵੋਕੈਬਲਰੀ ਦੇ ਵਿੱਚ ਆਪਣੇ ਕੋਲ ਜਿਵੇਂ ਸੇਮ ਵਰਡ ਐਜ਼ ਯੂਜ਼ ਐਜ਼ ਅ ਨਾਉਨ ਐਂਡ ਐਡ ਵਰਬ ਐਡਜੈਕਟਿਵ ਹੋਵਾਲੀ ਹੋਣਗੇ ਠੀਕ ਹੈ ਪੇਅਰ ਆਫ ਵਰਡਸ ਹੋ ਸਕਦੇ ਨੇ ਇਸ ਦੇ ਵਿੱਚ ਨੰਬਰ 8th ਹੈ ਪੈਰਾਗ੍ਰਾਫ ਰਾਈਟਿੰਗ लेटर राइटिंग एडवर्टाइजमेंट और नोट मेकिंग ਇਹਨਾਂ ਦੇ ਵਿੱਚੋਂ ਫਾਰਮ ਮਾਰਕਸ ਦਾ ਇੱਕ ਤੁਹਾਨੂੰ ਆਏਗਾ ਨੈਕਸਟ ਨੰਬਰ 9th ਟ੍ਰਾਂਸਲੇਸ਼ਨ ਇੰਗਲਿਸ਼ ਟੂ ਪੰਜਾਬੀ ਮੇਨ ਕੋਰਸ ਬੁੱਕ ਦੇ ਵਿੱਚੋਂ ਜੋ ਆਹ ਵਾਲੇ ਦੋ ਲੈਸਨ ਨੇ ਆਪਣੇ ਕਸਮ ਗਲਿੰਪਸ ਆਫ ਅਨਸੀਅੰਟ ਇੰਡੀਅਨ ਥਾਟ ਪ੍ਰੈਕਟਿਸਿਸ ਐਂਡ ਦਾ ਹੋਮ ਕਮਿੰਗ ਇਹਨਾਂ ਦੇ ਵਿੱਚੋਂ ਦੋ ਸੈਂਟੈਂਸ ਪੁੱਛੇ ਜਾਣਗੇ ਤੁਹਾਨੂੰ ਜਿਨ੍ਹਾਂ ਦੀ ਤੁਸੀਂ ਪੰਜਾਬੀ ਬਣਾਉਣੀ ਹੈਗੀ ਟ੍ਰਾਂਸਲੇਸ਼ਨ ਪੰਜਾਬੀ ਟੂ ਇੰਗਲਿਸ਼ 51 ਟੂ 75 25 ਸੈਂਟੈਂਸ ਆਏ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਦੋ ਇੰਗਲਿਸ਼ ਦੇ ਸੈਂਟੈਂਸ ਦੇ ਕੇ ਪੰਜਾਬੀ ਬਣਾਉਣੀ ਪੁੱਛੀ ਜਾਏਗੀ ਯਾਨੀ ਕਿ ਟੋਟਲ 4 ਮਾਰਕਸ ਦੀ ਆਪਣੇ ਕੋਲ ਟਰਾਂਸਲੇਸ਼ਨ ਹੈ ਠੀਕ ਹੈ ਤਾਂ 10th ਕਲਾਸ ਵਾਲੇ ਜਿਹੜੇ ਬੱਚੇ ਹੈਗੇ ਉਹਦਾ ਇੱਕ ਵਾਰ ਸਕਰੀਨਸ਼ਾਟ ਲੈ ਲਿਓ ਇਸ ਤਰੀਕੇ ਦਾ ਇਹ ਪੇਪਰ ਹੈ ਤੁਹਾਡਾ 40 ਮਾਰਕਸ ਦਾ ਉਹ ਆਏਗਾ ਤੇ ਇਸ ਤਰੀਕੇ ਨਾਲ ਹੀ ਤੁਸੀਂ ਤਿਆਰੀ ਕਰਨੀ ਹੈਗੀ ਤਾਂ ਜੋ ਵਧੀਆ ਅੰਕ ਇਸ ਪੇਪਰ ਦੇ ਵਿੱਚੋਂ ਤੁਹਾਡੇ ਆ ਸਕਣ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ